ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਹਿਰ ਧਾਰੀਵਾਲ ਵਿੱਚ ਹਲਕਾ ਕਾਦੀਆ ਇੰਚਾਰਜ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਪਾਰਟੀ ਦੇ ਵਰਕਰ ਨੇ ਲੱਡੂ ਵੰਡੇ। ਡਾਕਟਰ ਕਮਲਜੀਤ ਸਿੰਘ ਕੇਜੇ ਨੇ ਆਖਿਆ ਕਿ ਇਹ ਕੇਜਰੀਵਾਲ ਨੇ ਦਿੱਲੀ ਵਿੱਚ ਜੋ ਜਨਤਾ ਲਈ ਕੰਮ ਕੀਤੇ ਹਨ ਇਹ ਜਿੱਤ ਉਹਨਾਂ ਕੰਮਾਂ ਦਾ ਹੀ ਨਤੀਜਾ ਹੈ। ਜੋ ਕੇਜਰੀਵਾਲ ਸਰਕਾਰ ਲਗਾਤਾਰ 3 ਵਾਰੀ ਮੁੱਖ ਮੰਤਰੀ ਬਣਨ ਜਾ ਰਹੇ ਨੇ। ਇਸ ਮੌਕੇ ਦਲਵੀਰ ਮਸੀਹ, ਹਰਪ੍ਰੀਤ ਬਾਜਵਾ, ਵਿਲੀਅਮ ਮਸੀਹ, ਐਡਵੋਕੇਟ ਸ਼ਿਵਚਰਨ ਸਿੰਘ, ਕਾਮਰੇਡ ਅਜੀਤ ਸਿੰਘ ਹਲਕਾ ਕਾਦੀਆਂ, ਸੋਸ਼ਲ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਲੇਹਲ ਹਾਜ਼ਰ ਹੋਏ। ਇਹਨਾਂ ਕੇਜਰੀਵਾਲ ਅਤੇ ਭਗਵੰਤ ਮਾਨ, ਡਾਕਟਰ ਕਮਲਜੀਤ ਕੇਜੇ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਦੀ ਵਧਾਈ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਤੀਸਰੀ ਵਾਰੀ ਸਰਕਾਰ ਬਣ ਰਹੀ ਹੈ ਔਰ ਜਿਹੜੀ ਸਰਕਾਰ ਹੈਗੀ ਵਿਕਾਸ ਦੇ ਨਾਂ 'ਤੇ ਬਣ ਰਹੀ ਹੈ। ਜਦੋਂ ਕਿ ਹੁਣ ਤੱਕ ਜਿਹੜੀ ਰਾਜਨੀਤੀ ਹੁੰਦੀ ਸੀ ਉਹ ਝੂਠ 'ਤੇ, ਭ੍ਰਿਸ਼ਟਾਚਾਰ 'ਤੇ ਔਰ ਨਫ਼ਰਤ ਦੀ ਰਾਜਨੀਤੀ ਹੁੰਦੀ ਸੀਗੀ, ਅਰਵਿੰਦ ਕੇਜਰੀਵਾਲ ਜੀ ਨੇ ਇੱਕ ਭਾਰਤ ਦੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਪਰਿਵਰਤਨ ਲਿਆਂਦਾ ਕਿ ਹੁਣ ਰਾਜਨੀਤੀ ਜਿਹੜੀ ਹੈਗੀ ਉਹ ਵਿਕਾਸ 'ਚ ਹੋਏਗੀ। ਸਰਕਾਰੀ ਸਕੂਲਾਂ 'ਤੇ, ਸਿੱਖਿਆ 'ਤੇ, ਹਸਪਤਾਲਾਂ 'ਤੇ, ਸਰਕਾਰੀ ਨੌਕਰੀਆਂ, ਸਰਕਾਰੀ ਬੱਸਾਂ ਔਰ ਸਰਕਾਰੀ ਮਹਿਕਮਾ, ਸਸਤੀ ਬਿਜਲੀ, ਸਾਫ਼ ਸੁਥਰਾ ਪਾਣੀ, ਸਾਫ਼ ਹਵਾ ਦੇ ਨਾਂ 'ਤੇ ਜਿਹੜੀ ਹੈ ਰਾਜਨੀਤੀ ਹੋਏਗੀ, ਵਿਕਾਸ ਦੇ ਕੰਮਾਂ 'ਤੇ ਰਾਜਨੀਤੀ ਹੋਇਆ ਕਰੇਗੀ। ਇਹ ਇੱਕ ਬੜਾ ਵੱਡਾ ਪਰਿਵਰਤਨ ਆਇਆ ਆਮ ਆਦਮੀ ਪਾਰਟੀ ਨੇ, ਇੱਕ ਆਮ ਹੁਣ ਪਰਿਵਰਤਨ ਲਿਆਂਦਾ ਦਿੱਲੀ ਦੀ ਜਿੱਤ ਦੇ ਵਿੱਚ। ਸੋ ਮੈਂ ਸਾਰੇ ਭਾਰਤ ਵਾਸੀਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ, ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਸੇ ਤਰ੍ਹਾਂ ਹੀ ਆਸ ਕਰਦੇ ਹਾਂ ਕਿ ਪੰਜਾਬ ਦੇ ਲੋਕ ਵੀ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਔਰ ਪੰਜਾਬ ਨੂੰ ਵੀ ਜਿਹੜਾ ਕਿ ਸਾਡਾ ਬੜਾ ਸੂਬਾ ਪਛੜ ਗਿਆ, ਕਾਂਗਰਸ ਔਰ ਅਕਾਲੀ ਦਲ ਨੇ ਇਹਨੂੰ ਬੜਾ ਪਿੱਛੇ ਲੈ ਗਏ ਨੇ, 18ਵੇਂ ਨੰਬਰ 'ਤੇ ਚਲਾ ਗਿਆ ਭਾਰਤ ਦੇ ਸੂਬੇ। ਪੰਜਾਬ ਦੇ ਲੋਕ ਬੜੇ ਮਹਾਨ ਨੇ, ਬਹੁਤ ਮਿਹਨਤੀ ਨੇ, ਅਸੀਂ ਸਾਰੇ ਰਲ ਕੇ ਜਿਹੜੇ ਹੈਗੇ ਮਿਹਨਤ ਕਰਾਂਗੇ ਅਤੇ ਪੰਜਾਬ ਨੂੰ ਨੰਬਰ 1 ਸੂਬਾ ਬਣਾ ਕੇ ਆਮ ਆਦਮੀ ਪਾਰਟੀ ਜਿਹੜੀ ਨੰਬਰ 1 ਸੂਬਾ ਬਣਾਏਗੀ। ਕਾਂਗਰਸ 0 ਨੰਬਰ 'ਤੇ ਇਸ ਕਰਕੇ ਆ ਰਹੀ ਹੈ ਵੀ ਕਾਂਗਰਸ ਨੇ ਜਿਹੜੇ ਵੀ ਹੈਗੇ ਉਹ ਝੂਠ ਬੋਲਿਆ ਲੋਕਾਂ ਦੇ ਨਾਲ, ਝੂਠੇ ਵਾਅਦੇ ਕੀਤੇ ਨੇ ਔਰ ਝੂਠੀਆਂ ਸੋਹਾਂ ਖਾ ਕੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ। ਜਦੋਂ ਕੈਪਟਨ ਸਾਹਿਬ ਆਏ ਹੈ ਉਹਨਾਂ ਨੇ ਕਿਹਾ, ਗੁਟਕਾ ਸਾਹਿਬ ਦੀ ਜਿਹੜੀ ਹੈ ਨਾ ਸੋਹ ਖਾ ਕੇ ਜਿਹੜਾ ਕਿਹਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗਾ ਔਰ 3 ਸਾਲ ਹੋ ਗਿਆ ਪੰਜਾਬ ਦੇ ਵਿੱਚ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ, ਸਗੋਂ ਜ਼ਿਆਦਾ ਨਸ਼ਾ ਵਿਕ ਰਿਹਾ। ਔਰ ਬੜੀ ਹੈਰਾਨੀ ਦੀ ਗੱਲ ਹੈ ਵੀ ਸਰਕਾਰ ਕਾਂਗਰਸ ਦੀ ਹੈ ਅਤੇ ਐਡੀਆਂ ਵੱਡੀਆਂ ਖੇਪਾਂ ਜਿਹੜੀਆਂ ਨੇ ਨਸ਼ੇ ਦੀਆਂ ਉਹ ਅਕਾਲੀ ਦਲ ਦੀਆਂ ਮਿਲ ਰਹੀਆਂ ਹੈਗੀਆਂ। ਇਹਦਾ ਮਤਲਬ ਵੀ ਅਕਾਲੀ ਦਲ ਦੇ ਬੰਦੇ ਜਿਹੜੇ ਨੇ ਅਜੇ ਵੀ ਜਿਹੜੇ ਹੈਗੇ ਨਸ਼ੇ ਵੇਚੀ ਜਾ ਰਹੇ ਨੇ ਔਰ ਜਿਹੜੀ ਸਾਡੀ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਹ ਮੂਕ ਦਰਸ਼ਕ ਜਿਹੜੀ ਬਣ ਕੇ ਬੈਠੀ ਹੋਈ ਹੈ। ਆਉਣ ਵਾਲੀਆਂ ਚੋਣਾਂ ਵਿੱਚ ਜਿਹੜੀ ਦਿੱਲੀ ਕੇਜਰੀਵਾਲ ਸਰਕਾਰ ਬਣੀ, ਤੀਸਰੀ ਵਾਰ, ਪੰਜਾਬ 'ਤੇ ਕੀ ਅਸਰ ਹੋਏਗਾ? ਪੰਜਾਬ 'ਤੇ ਬਹੁਤ ਵੱਡਾ ਅਸਰ ਹੋਏਗਾ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਵਿਕਾਸ ਕਰਾਇਆ ਹੈਗਾ, ਉੱਥੇ ਸਕੂਲਾਂ ਦਾ, ਹਸਪਤਾਲਾਂ ਦਾ, ਉੱਥੇ ਜਿਹੜੇ ਸਰਕਾਰੀ ਮਹਿਕਮਿਆਂ ਦਾ ਵਿਕਾਸ ਕਰਾਇਆ, ਲੋਕਾਂ ਦਾ, ਸਾਰਿਆਂ ਦਾ ਵਿਕਾਸ ਕਰਾਇਆ। ਪੰਜਾਬ ਦੇ ਲੋਕ ਵੀ ਚਾਹੁੰਦੇ ਨੇ ਕਿ ਇੱਥੇ ਝੂਠ ਫਰੇਬ ਦੀ ਰਾਜਨੀਤੀ ਨਾ ਹੋਏ, ਇੱਥੇ ਮਾਫੀਆ ਨਾ ਹੋਏ, ਇੱਥੇ ਜਿਹੜੀਆਂ ਠੱਗੀ ਠੋਰੀ ਨਾ ਹੋਏ, ਸਾਫ਼ ਸੁਥਰੀ ਰਾਜਨੀਤੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਲੈ ਕੇ ਆਈ ਹੈ ਪੂਰੇ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਜਿਹੜੀ ਉਹ ਰਾਜਨੀਤੀ ਜਿਹੜੀ ਹੈਗਾ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਹਾਂਜੀ ਦੇਖੋ ਜੀ, ਆਮ ਆਦਮੀ ਪਾਰਟੀ ਦਿੱਲੀ ਵਿੱਚ ਜਿੱਤਣ ਦੇ ਸਾਰੇ ਆਪਣੇ ਵਲੰਟੀਅਰ ਜਿੰਨੇ ਵੀ ਨੇ ਦਰਜਾ ਬਦਰਜਾ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਬਾਕੀ ਜੀ ਵੇਖੋ, ਜਿਹੜੀ ਆਪਣੀ ਰਾਜਨੀਤੀ ਆ ਕੇਜਰੀਵਾਲ ਸਾਹਿਬ ਦੀ ਬਹੁਤ ਸਾਫ਼ ਸੁਥਰੀ ਆ, ਡਿਵੈਲਪਮੈਂਟ ਦੇ ਆਧਾਰ 'ਤੇ ਉਹਨਾਂ ਨੇ ਰਾਜਨੀਤੀ ਕੀਤੀ ਆ, ਲੋਕਾਂ ਨੂੰ ਕੰਮ ਕਰਕੇ ਦੱਸਿਆ ਦਿੱਲੀ ਦੇ ਵਿੱਚ। ਉਹਨਾਂ ਨੇ ਵੇਖੋ, ਲੋਕਾਂ ਨੇ ਵੀ ਉਹਨਾਂ ਨੂੰ ਬਹੁਤ ਵਧੀਆ ਮਰਜ਼ਾਂ ਨਾਲ ਜਿਤਾਇਆ ਵਾ ਅਤੇ ਬੜੀ ਖੁਸ਼ੀ ਦੀ ਗੱਲ ਵਾ। ਇਸੇ ਤਰ੍ਹਾਂ ਸਾਡੇ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਪੁਰ ਬੁਲੰਦੀ ਜ਼ੋਰ ਦੇ ਨਾਲ ਆਪਣਾ ਸਰਕਾਰ ਬਣਾਵੇਗੀ ਜੀ ਆਪਣੇ ਪੰਜਾਬ ਦੇ ਵਿੱਚ ਵੀ। ਅੱਜ ਤੋਂ ਸਾਡੇ ਵਲੰਟੀਅਰ 'ਚ ਬਹੁਤ ਖੂਬ ਜੋਸ਼ ਹੋ ਗਿਆ ਜੀ ਵੀ ਸਾਡੀ ਆਮ ਆਦਮੀ ਪਾਰਟੀ ਦਿੱਲੀ ਵਿੱਚ 3ਜੀ ਵਾਰ ਮੁੱਖ ਮੰਤਰੀ ਬਣ ਗਈ ਆ ਅਤੇ ਅਸੀਂ ਇਹੋ ਹੀ
ਸਾਰਿਆਂ ਅੱਗੇ ਪੁਰਜ਼ੋਰ ਅਪੀਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਦਾ ਸਹਿਯੋਗ ਦਵੋ। ਇੱਕ ਵਧੀਆ ਪਾਰਟੀ ਹੈ, ਚੰਗੀ ਪਾਰਟੀ ਆ, ਇਮਾਨਦਾਰ ਪਾਰਟੀ ਆ, ਧਨਾੜ ਬੰਦਿਆਂ ਦੀ ਪਾਰਟੀ ਹੈ। ਮਤਲਬ ਅਸੀਂ ਦਿੱਲੀ ਦੇ ਵਿੱਚ ਦੀ ਸਰਕਾਰ ਦੀ ਗੱਲ ਕਰਦੇ ਹਾਂ ਅਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਤੀਜੀ ਵਾਰੀ ਸਰਕਾਰ ਬਣਾਉਣ ਜਾ ਰਹੀ ਆ, ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਜਾ ਰਹੀ ਆ। ਇਹ ਜਿੱਦਾਂ ਨੇਕ, ਬੇਦਾਗ, ਸੂਝਵਾਨ ਅਤੇ ਪੜ੍ਹਿਆ ਲਿਖਿਆ ਜਿਹੜਾ ਸਾਡਾ ਮਤਲਬ ਕੇਜਰੀਵਾਲ ਮੁੱਖ ਮੰਤਰੀ ਉੱਥੋਂ ਦਾ ਬਣਿਆ ਵਾ, ਅਸੀਂ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਨੇਕ, ਬੇਦਾਗ ਅਤੇ ਸੂਝਵਾਨ ਜਿਹੜੇ ਆ ਜਿੰਨੇ ਲੋਕ ਨੇ ਉਹ ਆਮ ਆਦਮੀ ਪਾਰਟੀ ਵਿੱਚ ਆਉਣ, ਅਤੇ ਆਮ ਆਦਮੀ ਪਾਰਟੀ ਦੇ ਵਿੱਚ ਨੇਕ ਜੇ ਹੋਣਗੇ, ਬੇਦਾਗ ਅਤੇ ਸੂਝਵਾਨ ਅਤੇ ਪੜ੍ਹੇ ਲਿਖੇ ਹੋਣਗੇ ਤਾਂ ਸਾਡੇ ਪੰਜਾਬ ਦੀ ਤਰੱਕੀ ਹੋ ਸਕਦੀ ਆ। ਕਿ ਮੈਂ ਆਪਣੇ ਵੱਲੋਂ ਆਪਣੇ ਡਾਕਟਰ ਕਵਲਜੀਤ ਕੇਜੇ ਕਾਦੀਆਂ ਹਲਕਾ ਇੰਚਾਰਜ ਨੇ ਉਹਨਾਂ ਨੂੰ ਵਧਾਈ ਦਿੰਦਾ, ਅਤੇ ਨਾਲ ਮੈਂ ਪੂਰੇ ਸਮੁੱਚੇ ਪੰਜਾਬ ਨੂੰ ਪੰਜਾਬ ਦੇ ਆਮ ਲੋਕਾਂ ਨੂੰ ਵਧਾਈ ਦਿੰਦਾ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਅਤੇ ਖਾਸ ਕਰਕੇ ਮੈਂ ਪੂਰੇ ਮਤਲਬ ਪੂਰੇ ਇੰਡੀਆ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਜਿੱਤਣ 'ਤੇ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੰਦਾ ਵਾਂ। ਅਤੇ ਸਾਰਿਆਂ ਨੂੰ ਮੈਂ ਇਹੋ ਬੇਨਤੀ ਵੀ ਕਰਦਾ ਵਾਂ ਕਿ ਜਿਸ ਤਰ੍ਹਾਂ ਇਮਾਨਦਾਰੀ ਦੇ ਨਾਲ ਕੇਜਰੀਵਾਲ ਕੰਮ ਕਰ ਰਿਹਾ, ਸਾਡੇ ਜਿਹੜੇ ਜਿੰਨੇ ਵੀ ਲੀਡਰ ਹੋਣਗੇ ਆਮ ਆਦਮੀ ਪਾਰਟੀ ਦੇ ਉਸੇ ਤਰ੍ਹਾਂ ਇਮਾਨਦਾਰੀ ਦੇ ਨਾਲ ਲੈ ਮਤਲਬ ਕੰਮ ਕਰਨ, ਅਤੇ ਪੰਜਾਬ ਨੂੰ ਵੀ ਜਿੱਥੇ 18ਵੇਂ ਦੀ ਜਗ੍ਹਾ 'ਤੇ ਇੱਕ ਨੰਬਰ ਸੂਬੇ 'ਤੇ ਮਤਲਬ ਲਿਆਈਏ, ਅਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਲਿਆ ਕੇ ਪੰਜਾਬ ਨੂੰ ਫਿਰ ਖੁਸ਼ਹਾਲ ਬਣਾਈਏ, ਕਿਸਾਨ ਨੂੰ ਖੁਸ਼ਹਾਲ ਬਣਾਈਏ, ਮਜ਼ਦੂਰਾਂ ਨੂੰ ਖੁਸ਼ਹਾਲ ਬਣਾਈਏ। ਇਸ ਤਰੀਕੇ ਨਾਲ ਜਿੰਨੇ ਵੀ ਸਾਡੇ ਮਤਲਬ ਗਰੀਬ ਤਬਕਿਆਂ ਨੂੰ ਮਤਲਬ ਆਪਾਂ ਖੁਸ਼ਹਾਲੀ 'ਚ ਦੇਖਣਾ ਚਾਹੁੰਦੇ ਹਾਂ, ਅਤੇ ਆਪਣੇ ਪੰਜਾਬ ਨੂੰ ਇੱਕ ਨੰਬਰ 'ਤੇ ਲਿਆਉਣਾ ਚਾਹੁੰਦੇ ਹਾਂ। ਦੇਖੋ, ਤੁਸੀਂ ਜਿਵੇਂ ਜਾਣਦੇ ਹੋ ਕਿ ਅੱਜ ਦਿੱਲੀ ਦੇ ਵਿੱਚ ਤੀਸਰੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਬੜੇ ਵੱਡੇ ਪੈਮਾਨੇ ਦੇ ਉੱਤੇ ਸਰਕਾਰ ਬਣੀ ਹੈ, ਵਿਕਾਸ ਦੇ ਨਾਂ 'ਤੇ ਉੱਤੇ ਜਿੱਤ ਹੋਈ ਹੈ, ਫਿਰਕਾ ਪ੍ਰਸਤੀ ਦੀ ਹਾਰ ਹੋਈ ਹੈ। ਜਿਹੜੀ ਦੇਸ਼ ਦੇ ਵਿੱਚ ਭਾਜਪਾ ਫਿਰਕਾ ਪ੍ਰਸਤੀ ਦੀ ਰਾਜਨੀਤੀ ਕਰਦੀ ਹੈ, ਹਿੰਦੂ ਮੁਸਲਮਾਨ ਦੀ ਰਾਜਨੀਤੀ ਕਰਦੀ ਹੈ, ਉਹਦੀ ਉਖਾੜ ਫੇਂਕਿਆ ਦਿੱਲੀ ਦੇ ਲੋਕਾਂ ਨੇ ਜਦੋਂ ਪੁਰਤਾਂ ਨੂੰ ਜਿਹੜੀ ਉਹਦੀ ਹਾਰ ਹੋਈ ਹੈ। ਆਮ ਆਦਮੀ ਪਾਰਟੀ ਦੀ ਬੜੀ ਵੱਡੀ ਜਿੱਤ ਹੋਈ ਹੈ, ਲੋਕਾਂ ਦੀ ਜਿੱਤ ਹੋਈ ਹੈ, ਆਮ ਲੋਕਾਂ ਨੇ ਜਿਤਾਇਆ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਫਿਰ ਤੀਸਰੀ ਵਾਰ ਕੇਜਰੀਵਾਲ ਤੀਸਰੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਨੇ। ਮੈਂ ਸਾਰੇ ਹੀ ਸਮੁੱਚੇ ਦਿੱਲੀ ਦੇ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ, ਅਤੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਉਚੇਚੇ ਤੌਰ 'ਤੇ ਪੰਜਾਬ ਤੋਂ ਦਿੱਲੀ ਜਾ ਕੇ ਆਪਣੇ ਕੰਮ ਛੱਡ ਕੇ ਦਿੱਲੀ ਗਏ ਸੀ, ਉਹਨਾਂ ਦੇ ਵੀ ਧੰਨਵਾਦ। ਮੈਂ ਆਪਣੇ ਹਲਕਾ ਇੰਚਾਰਜ ਡਾਕਟਰ ਕੇਵਲਜੀਤ ਸਿੰਘ ਜੀ ਨੂੰ ਵੀ ਵਧਾਈ ਦੇਣਾ, ਉਹਦੀ ਟੀਮ ਨੂੰ, ਸਮੁੱਚੀ ਟੀਮ ਨੂੰ ਵਧਾਈ ਦੇਣਾ ਕਿ ਉਹਨਾਂ ਦਿੱਲੀ ਦੇ ਵਿੱਚ ਸਰਕਾਰ ਬਣੀ ਹੈ, ਅਤੇ ਪੰਜਾਬ ਦੇ ਵਿੱਚ ਵੀ ਬੜੇ ਵੱਡੇ ਪੈਮਾਨੇ 'ਤੇ ਅਸਰ ਪੈਣ ਵਾਲਾ ਹੈ। ਧੰਨਵਾਦ। ਆਵਾਜ਼ ਏ ਕੰਮ ਟੀਵੀ ਲਈ ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਰਿਪੋਰਟ।